ਸ਼ਕਾਲ ਜੀ ਦੇਸੀ ਜਾਨ ਤੋਂ ਮੈਂ ਤੁਹਾਡੀ ਹੋਸਟ ਦੋਸਤ ਗਾਇਨ ਮਹਾਜਨ ਤੁਹਾਡਾ ਸਵਾਗਤ ਕਰਦੀ ਹਾਂ। ਅਤੇ ਵੈਲ ਫਿਲਮ ਮਾਰੀਏ ਸਾਗ, ਅਤੇ ਸਾਗ ਦੇ ਵਿੱਚ ਨਾ ਵੱਖਰਾ ਹੀ ਜਿਹਾ ਕਿਰਦਾਰ ਅਤੇ ਵੱਖਰਾ ਹੀ ਦਮਦਾਰ ਤੁਹਾਨੂੰ ਛਾਪ ਛੱਡਣ ਵਾਲਾ ਕਰੈਕਟਰ ਦੇਣਗੇ ਸੋਨਪ੍ਰੀਤ ਜੀ। ਸੋਨਪ੍ਰੀਤ ਜੀ, ਵੈਲਕਮ ਟੂ ਦੇਸੀ ਜਾਨ। ਥੈਂਕ ਯੂ ਦੇਸੀ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ। ਅਤੇ ਇੱਕ ਵਕਤ ਸੀਗਾ ਤੁਸੀਂ ਇੰਟਰਵਿਊ ਕਰਦੇ ਸੀਗੇ, ਅਤੇ ਹੁਣ ਫਿਲਮਾਂ ਦੇ ਵਿੱਚ ਤੁਸੀਂ ਆ ਗਏ ਹੋ, ਅਤੇ ਇਸ ਜਰਨੀ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਦੇਖਦੇ ਹੋ, ਟਰਨਿੰਗ ਪੁਆਇੰਟ ਕਿੱਦਾਂ ਆਇਆ? ਨਹੀਂ, ਐਕਚੁਅਲੀ ਟਰਨਿੰਗ ਪੁਆਇੰਟ ਤਾਂ ਇਹ ਕਾਫੀ ਪਹਿਲਾਂ ਆ ਚੁੱਕਿਆ ਸੀ। ਪਹਿਲਾਂ ਮੇਰੀਆਂ ਦੋ ਤਿੰਨ ਫਿਲਮਾਂ ਆ ਚੁੱਕੀਆਂ ਨੇ, ਹੋਲੀਡੇ ਆਈ ਸੀ ਅਕਸ਼ੇ ਕੁਮਾਰ ਨਾਲ, ਉਸ ਤੋਂ ਬਾਅਦ ਦਾ ਬਲੱਡ ਸਟਰੀਟ, ਦਾ ਮਾਸਟਰ ਮੈਂ ਜਿੰਦਾ ਸੁੱਖਾ, ਅਤੇ ਉਸ ਤੋਂ ਬਾਅਦ ਥੋੜ੍ਹਾ ਗੈਪ ਆ ਗਿਆ ਸੀ, ਫਿਰ ਮੈਂ ਜੋਬ ਕਰਨ ਲੱਗ ਗਿਆ ਸੀ, ਅਤੇ ਉਸ ਤੋਂ ਬਾਅਦ ਫਿਰ ਹੁਣ ਨਵੀਂ ਇੱਕ ਫਿਲਮ ਲੈ ਕੇ ਆ ਰਿਹਾ ਸਾਕ, 6 ਸਤੰਬਰ ਨੂੰ ਆ ਰਹੀ ਹੈ। ਸੋ ਬਸ ਟਰਨਿੰਗ ਪੁਆਇੰਟ ਨਹੀਂ ਕਹਿ ਸਕਦੇ ਤੁਸੀਂ, ਕਿ ਮੇਰਾ ਸ਼ੌਂਕ ਸ਼ੁਰੂ ਤੋਂ ਰਿਹਾ ਇਹ, ਉਹ ਵਿੱਚ ਇੱਕ ਗੈਪ ਚੌਂਕ ਘੁੰਮ ਕੇ ਫਿਰ ਮੈਂ ਫਿਰ ਆਪਣੇ ਟਰੈਕ 'ਤੇ ਆ ਗਿਆ। ਬਹੁਤ ਵੱਡੀ ਗੱਲ ਹੁੰਦੀ ਹੈ ਕਿਸੇ ਵੀ ਆਰਟਿਸਟ ਲਈ ਜਦੋਂ ਫਸਟ ਫਿਲਮ ਲੈ ਕੇ ਆਉਣਾ, ਉਹ ਵੀ ਅਕਸ਼ੇ ਕੁਮਾਰ ਨਾਲ। ਅਤੇ ਹੁਣ ਤੁਸੀਂ ਪੰਜਾਬੀ ਇੰਡਸਟਰੀ ਵਿੱਚ ਆ ਰਹੇ ਹੋ, ਜਿਹੜੀ ਪੰਜਾਬੀ ਇੰਡਸਟਰੀ ਉਹ ਇੰਡਸਟਰੀ ਬਣ ਚੁੱਕੀ ਹੈ ਜਿਹੜੀ ਬਾਲੀਵੁੱਡ ਨੂੰ ਟੱਕਰ ਦੇ ਰਹੀ ਹੈ, ਬਾਲੀਵੁੱਡ ਵਾਲੇ ਵੀ ਅੱਜ ਕੱਲ੍ਹ ਬਾਲੀਵੁੱਡ ਦੀਆਂ ਰੀਸਾਂ ਕਰ ਰਹੇ। ਬਿਲਕੁਲ ਕਰ ਰਹੇ ਨੇ ਜੀ, ਕਿਉਂਕਿ ਪੰਜਾਬੀ ਸਿਨੇਮਾ ਗਰੋ ਕਰ ਰਿਹਾ, ਇਹਨੂੰ ਯੰਗ ਡਾਇਰੈਕਟਰ ਮਿਲ ਰਹੇ ਨੇ, ਐਕਟਰ ਨੇ, ਅਤੇ ਅੱਛੇ ਅੱਛੇ ਰਾਈਟਰ ਨੇ। ਸੋ ਮਿਊਜ਼ਿਕ ਬੜਾ ਅੱਛਾ ਆ, ਕਿਉਂਕਿ ਪੰਜਾਬੀ ਮਿਊਜ਼ਿਕ ਤਾਂ ਤੁਹਾਨੂੰ ਪਤਾ ਹੀ ਹੈ, ਸ਼ੁਰੂ ਤੋਂ ਹੀ ਬਾਲੀਵੁੱਡ ਪੰਜਾਬੀ ਮਿਊਜ਼ਿਕ ਤੋਂ ਬਿਨਾਂ ਤਾਂ ਫਿਲਮ ਹੀ ਨਹੀਂ ਬਣਾਉਂਦਾ। ਸੋ ਆਪਣਾ ਸਿਨੇਮਾ ਗਰੋ ਕਰ ਰਿਹਾ, ਕਾਫੀ ਅੱਛੀ ਗਰੋ ਕਰ ਰਿਹਾ, ਜਿਹਦੇ ਨਾਲ ਬਾਲੀਵੁੱਡ ਬਾਲੀਵੁੱਡ ਨੂੰ ਦੇਖਦਾ ਆ ਕਿ ਇਹ ਜੋ ਪੰਜਾਬੀ ਸਿਨੇਮਾ ਆ ਹੁਣ ਕਾਫੀ ਵੱਡਾ ਹੋ ਚੁੱਕਿਆ ਆ। ਸਾਡੇ ਕੋਲ ਹਰਜੀਤਾ ਵਰਗੀ ਫਿਲਮ ਸੀ ਜਿਹਨੂੰ ਨੈਸ਼ਨਲ ਅਵਾਰਡ ਮਿਲਿਆ, ਹੈ ਨਾ। ਸੋ ਹੁਣ ਪਿੱਛੇ ਜੀ ਅਰਦਾਸ ਕਰਾਂ ਫਿਲਮ ਫਿਲਮ ਹਿੱਟ ਹੋਈ ਆ, ਚੱਲ ਮੇਰਾ ਪੁੱਤ, ਵੱਡੀਆਂ ਫਿਲਮਾਂ ਆ ਰਹੀਆਂ ਨੇ। ਸੋ ਇਹੀ ਵਜ੍ਹਾ ਕਿ ਬਾਲੀਵੁੱਡ ਵੀ ਹੁਣ ਚੈੱਕ ਕਰਦਾ ਆਪਾਂ ਨੂੰ। ਕਾਫੀ ਚਿਰਾਂ ਬਾਅਦ ਨਾ ਫਿਲਮ ਦੇ ਵਿੱਚ ਅਸੀਂ ਦੋ ਹੈਂਡਸਮ ਸੋਹਣੇ ਸੋਹਣੇ ਸਰਦਾਰ ਮੁੰਡੇ ਦੇਖਾਂਗੇ, ਕਿਉਂਕਿ ਹੁਣ ਫਰੈਸ਼ ਫੇਸ ਆ ਰਹੇ ਇੰਡਸਟਰੀ ਦੇ ਵਿੱਚ, ਹੈਂਡਸਮ ਮੁੰਡੇ ਜੋਬਨ ਵੀ ਆ ਰਹੇ, ਤੁਸੀਂ ਵੀ ਦੁਬਾਰਾ ਤੋਂ ਚੌਂਕ ਘੁੰਮ ਕੇ ਇੰਡਸਟਰੀ ਦੇ ਵਿੱਚ ਆ ਰਹੇ ਹੈਗੇ ਹੋ, ਅਤੇ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੈਗੇ? ਕਿਉਂਕਿ ਜੇ ਗੱਲ ਕਰੀਏ ਬਾਲੀਵੁੱਡ ਵਿੱਚ ਵੀ ਹੁਣ ਅਜੇ ਦੇਵਗਨ ਹੈ, ਅਕਸ਼ੇ ਕੁਮਾਰ ਨੇ ਟਰਬਨ ਬਣ ਕੇ ਫਿਲਮਸ ਕਰਦੇ ਨੇ। ਬਿਲਕੁਲ, ਇੱਕ ਟਰਬਨ ਨਾਲ ਤੁਹਾਡੀ ਇੱਕ ਵੱਖਰੀ ਪਹਿਚਾਣ ਬਣਦੀ ਹੈ ਨਾ। ਸਾਰੇ ਬਾਲੀਵੁੱਡ ਦੇ ਬਹੁਤ ਸਾਰੇ ਅਜਿਹੇ ਵੱਡੇ ਐਕਟਰ ਨੇ, ਅਕਸ਼ੇ ਕੁਮਾਰ, ਅਜੇ ਦੇਵਗਨ, ਸਨੀ ਦਿਓਲ, ਉਹਨਾਂ ਨੇ ਬਹੁਤ ਫਿਲਮਾਂ ਕੀਤੀਆਂ ਨੇ, ਪੱਗ ਬੰਨ ਕੇ ਸਲਮਾਨ ਖਾਨ ਨੇ ਵੀ ਕੀਤੀਆਂ ਨੇ। ਸੋ ਹੁਣ ਜਿਹੜੀ ਇਹ ਗੱਲ ਆ ਕਿ ਇਹ ਹੁੰਦਾ ਆ ਪ੍ਰੋਡਿਊਸਰਸ 'ਤੇ, ਹੈ ਨਾ, ਰੁਪਿੰਦਰ ਮਨਹਾਸ ਜੀ, ਜੇ ਮਨਹਾਸ ਜੀ, ਜਿਨ੍ਹਾਂ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਆ। ਸੋ ਉਹ ਕਾਸਟਿੰਗ ਤੋਂ ਬਾਅਦ ਉਹਨਾਂ ਨੂੰ ਬੜਾ ਉਹਨਾਂ ਨਾਲ ਪਿਆਰ ਬਣਿਆ, ਹੈ ਨਾ, ਉਹਨਾਂ ਨੂੰ ਪਸੰਦ ਆਇਆ, ਮੇਰਾ ਕੰਮ ਪਸੰਦ ਆਇਆ, ਸਾਰਿਆਂ ਦਾ ਕੰਮ ਪਸੰਦ ਆਇਆ। ਸੋ ਸਾਰਿਆਂ ਦੀ ਮਿਹਨਤ ਤੋਂ ਬਾਅਦ, ਕਿਉਂਕਿ ਸਟੋਰੀ ਬੜੀ ਸਿੰਪਲ ਅਤੇ ਖੂਬਸੂਰਤ ਸਟੋਰੀ ਸੀ, ਹੈ ਨਾ, ਮੈਂ ਨਹੀਂ ਕਹਿੰਦਾ ਵੀ ਬਹੁਤ ਹਾਰਡ ਸਟੋਰੀ ਸੀ, ਬਹੁਤ ਟਫ ਨਹੀਂ, ਬੜੀ ਸਿੰਪਲ ਅਤੇ ਬੜੀ ਪਿਆਰੀ ਸਟੋਰੀ ਆ। ਸੋ ਇਹ ਫਿਲਮ ਕੰਪਲੀਟ ਹੋਈ ਆ, ਅਤੇ ਹੁਣ 6 ਤਰੀਕ ਨੂੰ ਸਿਨੇਮੇ ਘਰਾਂ 'ਚ ਲੱਗ ਰਹੀ ਆ। ਤੁਸੀਂ ਸਾਰੇ ਦੇਖੋਗੇ ਵੀ ਤੁਹਾਡਾ ਜੋ ਵਿਊ ਹੋਣਗੇ, ਤੁਹਾਡਾ ਜੋ ਰਿਜ਼ਲਟ ਹੋਏਗਾ, ਆਡੀਅੰਸ ਦਾ ਜੋ ਰਿਜ਼ਲਟ ਹੋਏਗਾ, ਉਹੀ ਦੱਸੇਗਾ ਕਿ ਅਸੀਂ ਆਪਣੀ ਮਿਹਨਤ 'ਚ ਕਿੰਨਾ ਸਫਲ ਹੋ ਸਕੇ ਹਾਂ। ਸੋਨਪ੍ਰੀਤ ਜੀ, ਤੁਸੀਂ ਫਿਲਮ ਇੰਡਸਟਰੀ ਦੇ ਵਿੱਚ ਕਾਫੀ ਚਿਰਾਂ ਦੇ ਹੈਗੇ ਹੋ, ਜਿਹੜੇ ਇਸ ਫਿਲਮ ਦੇ ਰਾਈਟਰ ਡਾਇਰੈਕਟਰ ਨੇ ਕਮਲਦੀਪ ਜੀ, ਉਹ ਵੀ ਨਵੇਂ ਨੇ, ਪ੍ਰੋਡਿਊਸਰਸ ਵੀ ਨਵੇਂ ਨੇ, ਐਂਡ ਮੇਨ ਲੀਡ ਵੀ ਨਵਾਂ ਨੇ, ਜੋਬਨ ਨਵਾਂ। ਅਤੇ ਕਿਤੇ ਨਾ ਕਿਤੇ ਜੇ ਅਸੀਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ, ਸਾਨੂੰ ਉਹੀ ਮੁੜ ਜੁੜ ਕੇ ਉਹੀ ਫੇਸਿਸ ਦੁਬਾਰਾ ਨਜ਼ਰ ਆਉਂਦੇ ਨੇ, ਬਟ ਇਸ ਫਿਲਮ ਦੀ ਖਾਸੀਅਤ ਇਹ ਵੀ ਹੈ ਕਿ ਫਰੈਸ਼ਨੈਸ ਲੈ ਕੇ ਆ ਰਿਹਾ, ਫਰੈਸ਼ ਫੇਸਿਸ ਲੈ ਕੇ। ਬਿਲਕੁਲ, ਹਾਂ ਬਿਲਕੁਲ, ਸਾਰੇ 'ਚ ਫਰੈਸ਼ ਫੇਸ ਨੇ, ਕੋਮੇਡੀ ਵੀ ਮੁਕਲ ਦੇਵ ਕਰ ਰਹੇ ਆ, ਆਪਣੇ ਦਿਲਾਵਰ ਸਿੱਧੂ ਆ, ਮੈਂ ਆ, ਅਤੇ ਮੈਨੀ ਤੱਖਰ ਆ, ਜੋਬਨ ਆ, ਅਤੇ ਕਮਲ ਬਾਈ ਨੇ ਵਧੀਆ ਸਕ੍ਰਿਪਟ ਲਿਖੀ ਆ, ਬੜੀ ਸੋਹਣੀ, ਅਤੇ ਉਹਨੂੰ ਫਿਲਮਾਇਆ ਵੀ ਵਧੀਆ ਗਿਆ, ਹੈ ਨਾ, ਅਤੇ ਸਿਚੁਏਸ਼ਨਲ ਜੋ ਕਮੇਡੀ ਆ, ਕੋਈ ਪੰਚ ਨਹੀਂ ਹੈਗੇ ਵੀ ਆਪਾਂ ਇੱਕ ਦੂਜੇ ਦੇ ਪੰਚ ਮਾਰਦੇ ਹਾਂ, ਉਹ ਜਿੱਦਾਂ ਜਿੱਦਾਂ ਜਰਨੀ ਚੱਲਦੀ ਆ ਐਕਟਰਸ ਦੀ, ਉੱਦਾਂ ਉੱਦਾਂ ਜੋ ਮਾਹੌਲ ਬਣਦਾ, ਸਿਚੁਏਸ਼ਨ ਆਉਂਦੀ ਆ, ਅਤੇ ਆਪਣੇ ਆਪ ਕਮੇਡੀ ਨਿਕਲਦੀ ਆ। ਸੋ ਇਸ ਕਰਕੇ ਸਾਰੇ ਕਹਿ ਰਹੇ ਆ ਵਾਰ ਵਾਰ ਕਿ ਇੱਕ ਡਿਫਰੈਂਟ ਚੀਜ਼ ਆ। ਸੋ ਆਈ ਹੋਪ ਕਿ ਆਪਦੀ ਚੀਜ਼ ਤਾਂ ਸਭ ਨੂੰ ਵਧੀਆ ਲੱਗਦੀ ਹੁੰਦੀ ਆ, ਹੈ ਨਾ। ਹੁਣ 6 ਤਰੀਕ ਦੀ ਵੇਟ ਆ ਕਿ ਤੁਹਾਨੂੰ ਕਿੰਨੀ ਵਧੀਆ ਲੱਗਦੀ ਆ, ਆਡੀਅੰਸ ਨੂੰ ਕਿੰਨੀ ਵਧੀਆ ਲੱਗਦੀ ਆ। ਜਿਹੜੇ ਤੁਸੀਂ ਜੋਬਨ ਦੇ ਵੱਡੇ ਭਰਾ ਦਾ ਕਿਰਦਾਰ ਨਿਭਾਇਆ ਹੈਗਾ, ਅਤੇ ਸਾਗ ਤੁਸੀਂ ਭੇਜਣਾ ਕਿ ਪਾਪੇ ਨੇ ਤਾਂ ਮੰਨਣਾ ਨਹੀਂ, ਕਿਉਂਕਿ ਮੁੰਡਾ ਤਾਂ ਹੈਗਾ ਫੌਜੀ, ਕੀ ਭਜਾ ਕੇ ਲਿਆਉਣੀਆਂ, ਕੀ ਲੜਾਈਆਂ ਪਾ ਕੇ ਲੈਣੀਆਂ, ਕਿੱਦਾਂ ਲਿਆਉਣੀਆਂ, ਹੁਣ ਇਹ ਨਾ ਕਹਿਣਾ ਕਿ 6 ਸਪਟੰਬਰ ਨੂੰ ਦੇ। ਨਹੀਂ, ਇਹ ਮੈਨੂੰ ਇਹੀ ਕਹਿਣਾ ਪੈਣਾ, ਕਿਉਂਕਿ ਮੇਨ ਸਸਪੈਂਸ ਇਹ ਆ, ਕਲਾਈਮੈਕਸ ਇਹ ਆ ਨਾ, ਜੇ ਆਪਾਂ ਇਹੀ ਚੀਜ਼ ਖੋਲ ਲਈ ਤਾਂ ਫਿਰ ਆਡੀਅੰਸ ਨੂੰ ਸਾਰਾ ਕੁਝ ਪਤਾ ਲੱਗ ਜਾਣਾ। ਸੋ ਇੰਨੀ ਚੀਜ਼ ਨੂੰ ਆਪਾਂ ਸਸਪੈਂਸ ਹੀ ਰਹਿਣ ਦਈਏ, ਤਾਂ ਜੋ ਆਡੀਅੰਸ ਨੂੰ ਕਰਿਓਸਿਟੀ ਹੋਵੇ ਫਿਲਮ ਦੇਖਣ ਦੀ ਕਿ ਫਾਈਨਲੀ ਕੀ ਹੁੰਦਾ ਆ, ਇਹਨਾਂ ਸਾਰੀਆਂ ਮੁਸ਼ਕਲਾਂ ਤੋਂ ਬਾਅਦ ਫਾਈਨਲੀ ਕੀ ਹੁੰਦਾ ਆ। ਸੋ ਉਸ ਚੀਜ਼ ਲਈ ਤੁਹਾਨੂੰ 6 ਤਰੀਕ ਨੂੰ ਸਿਨੇਮੇ ਘਰਾਂ ਜਾਣਾ ਹੀ ਪੈਣਾ।
ਤੇ ਵੈਲ ਇਸ ਤੋਂ ਨਾ ਇੱਕ ਚੀਜ਼ ਸਾਬਿਤ ਹੋ ਗਈ ਹੈ ਕਿ ਮੁੰਡੇ ਦੇ ਘਰ ਦੇ ਮੰਨਦੇ ਆ। ਨਹੀਂ ਪਤਾ ਨਹੀਂ ਮੰਨੇ ਕਿ ਨਹੀਂ ਮੰਨੇ, ਹੁਣ ਇਹ ਤਾਂ ਮੇਰੇ 'ਤੇ ਡਿਪੈਂਡ ਕਰਦਾ, ਮੈਂ ਦੱਸਾਂ ਨਾ ਦੱਸਾਂ ਵੀ ਮੈਂ ਮੰਨਿਆ ਕਿ ਨਹੀਂ ਮੰਨਿਆ, ਇੰਨੀ ਚੀਜ਼ ਆਪਾਂ ਸਸਪੈਂਸ ਹੀ ਰੱਖੀਏ। ਅਤੇ ਵੈਲ ਪੀਰੀਅਡ ਫਿਲਮ ਪੰਜਾਬੀ ਇੰਡਸਟਰੀ ਦੀ ਜੇ ਗੱਲ ਕਰੀਏ, ਪਿਛਲੇ 6-7-8 ਮਹੀਨੇ ਦੀ ਜਾਂ ਸਾਲ ਦੀ ਲਾ ਲਈਏ, ਪੀਰੀਅਡ ਫਿਲਮਸ ਬੈਕ ਟੂ ਬੈਕ ਆਈਆਂ ਨੇ, ਬਹੁਤ ਆਈਆਂ ਨੇ। ਬਟ ਜਦ ਹੁਣ ਤੁਸੀਂ ਇਸ ਫਿਲਮ ਲੈ ਕੇ ਆ ਰਹੇ ਹੋ ਸਾਕ, ਕਿੰਨਾ ਕੁ ਪ੍ਰੈਸ਼ਰ ਹੁੰਦਾ ਬੀਂਗ ਐਕਟਰ ਬੀਂਗ ਅ ਪਾਰਟ ਆਫ ਦਿਸ ਫਿਲਮ ਕਿ ਇੱਕ ਪੀਰੀਅਡ ਫਿਲਮ ਨੂੰ ਦੂਸਰੀ ਪੀਰੀਅਡ ਫਿਲਮ ਤੋਂ ਅੱਡ ਕਿੱਦਾਂ ਰੱਖਣਾ? ਪੀਰੀਅਡ ਫਿਲਮ, ਇਹ ਪੀਰੀਅਡ ਫਿਲਮ ਇਹ ਸਾਨੂੰ ਜਾਣ ਕੇ ਨਹੀਂ ਬਣਾਉਣੀ ਪਈ, ਕਿਉਂਕਿ ਇਹਦੇ ਵਿੱਚ ਇੱਕ ਜੋ ਹੈ ਕਿ 1971 ਦੀ ਗੱਲ ਤਾਂ ਕੀਤੀ ਗਈ ਹੈ ਕਿ ਇੱਕ ਫੌਜੀ ਦੀ ਥੋੜ੍ਹੀ ਸਟੋਰੀ ਹੈ ਇਹਦੇ ਵਿੱਚ, ਅਤੇ ਉਸ ਚੀਜ਼ ਨੂੰ 1971 ਨਾਲ ਹੀ ਰਿਲੇਟ ਕੀਤਾ ਗਿਆ ਹੈ ਨਾ, ਤਾਂ ਕਰਕੇ ਸਾਨੂੰ ਉਸ ਦੌਰ ਦੀ ਫਿਲਮ ਬਣਾਉਣੀ ਪਈ। ਬਟ ਉਸ ਦੌਰ ਦੇ ਵਿੱਚ ਕੁਛ ਚੀਜ਼ਾਂ ਸੀਗੀਆਂ ਜਿਵੇਂ ਆਪਣੇ ਰਿਸ਼ਤੇ ਵੱਡੇ ਪਰਿਵਾਰ ਸੀ, ਰਿਸ਼ਤਿਆਂ 'ਚ ਅਹਿਮੀਅਤ ਸੀ, ਸੋ ਉਹਨਾਂ ਚੀਜ਼ਾਂ ਨੂੰ ਦਿਖਾਉਣ ਲਈ ਉਹ ਟਾਈਮ ਪੀਰੀਅਡ ਦਿਖਾਉਣਾ ਪਿਆ। ਲਵ ਸਟੋਰੀ ਆ, ਲਵ ਸਟੋਰੀ ਦੇ ਵਿੱਚ ਜੋ ਚੀਜ਼ਾਂ ਸੀ ਉਸ ਟਾਈਮ ਆਪਾਂ ਵੀ ਖੁੱਲ੍ਹ ਕੇ ਪਿਆਰ ਨਹੀਂ ਹੋ ਸਕਦਾ ਸੀ ਹੈ ਨਾ, ਅਤੇ ਨੰਬਰ 2 ਤੇ ਮੁੰਡਾ ਕੁੜੀ ਨੂੰ ਦੇਖਣ ਲਈ ਉਸ ਟਾਈਮ ਇੰਨਾ ਹੈ ਨਹੀਂ ਸੀ ਕਿ ਮੁੰਡਾ ਕੁੜੀ ਨੂੰ ਦੇਖੇ, ਬਲਕਿ ਵਿਚੋਲੇ ਜਾਂ ਦੋ ਪਰਿਵਾਰਾਂ ਦੇ ਜੋ ਵੱਡੇ ਬਜ਼ੁਰਗ ਸੀ ਉਹੀ ਰਿਸ਼ਤੇ ਤੈਅ ਕਰ ਦਿੰਦੇ ਸੀ। ਉਹਨਾਂ ਚੀਜ਼ਾਂ ਨੂੰ ਦਰਸਾਉਣ ਲਈ ਸਾਨੂੰ ਉਸ ਟਾਈਮ ਵਿੱਚ ਇਹ ਫਿਲਮ ਫਿਲਮਾਉਣੀ ਪਈ ਆ। ਜਿੰਨੀਆਂ ਕੁਛ ਪੀਰੀਅਡ ਫਿਲਮ ਅਸੀਂ ਦੇਖੀਆਂ ਨੇ ਜਿਨ੍ਹਾਂ ਦੇ ਵਿੱਚ ਗੱਲ ਤਾਂ ਪੀਰੀਅਡ ਫਿਲਮ ਦੀ ਹੁੰਦੀ ਹੈ, ਬਟ ਉਸ ਟਾਈਮ ਦੇ ਵਿੱਚ ਜਿੱਦਾਂ ਦਾ ਕਲਚਰ ਸੀਗਾ, ਜਿੱਦਾਂ ਦੇ ਘਰ ਸੀਗੇ, ਜਿੱਦਾਂ ਦੇ ਕੋਸਟਿਊਮ ਸੀਗੇ, ਉਹਨਾਂ ਦੇ ਉੱਤੇ ਵਰਕਆਊਟ ਨਹੀਂ ਕੀਤਾ ਗਿਆ ਸੀਗਾ। ਔਰ ਉਹ ਚੀਜ਼ ਕਿਤੇ ਨਾ ਕਿਤੇ ਨਜ਼ਰ ਵੀ ਆਉਂਦੀ ਸੀਗੀ ਕਿ ਡਾਇਰੈਕਟਰ ਨੇ ਇਹਨਾਂ ਚੀਜ਼ਾਂ ਨੂੰ ਗੌਰ ਨਹੀਂ ਕੀਤਾ ਕਿ ਉਸ ਟਾਈਮ 'ਤੇ ਕੀ ਕੱਪੜੇ ਹੁੰਦੇ ਸੀਗੇ, ਕਿੱਦਾਂ ਦਾ ਰਹਿਣਾ ਬਹਿਣਾ ਸੀਗਾ ਘਰਦਿਆਂ ਦਾ। ਇਸ ਫਿਲਮ ਦੇ ਵਿੱਚ ਕਿੰਨਾ ਕੁ ਮਿਹਨਤ ਇਹਨਾਂ ਚੀਜ਼ਾਂ ਦੇ ਉੱਤੇ ਲੱਗੀ? ਨਹੀਂ ਬਿਲਕੁਲ ਮਿਹਨਤ ਹੋਈ ਹੈ, ਤੁਸੀਂ ਟ੍ਰੇਲਰ ਦੇਖਿਆ, ਤੁਸੀਂ ਗਾਣੇ ਦੇਖੇ ਨੇ, ਸੋ ਉਸ ਸਮੇਂ ਦੀ ਡਰੈਸ ਕੀ ਸੀਗੀ, ਉਸ ਸਮੇਂ ਲੋਕ ਸਾਦੇ ਕੱਪੜੇ ਪਾਉਂਦੇ ਸੀ, ਸਿੰਪਲ ਕੱਪੜੇ ਪਾਉਂਦੇ ਸੀ, ਅਤੇ ਇਸੇ ਕਰਕੇ ਸਾਨੂੰ ਅਜਿਹੇ ਪਿੰਡ ਲੋਕੇਸ਼ਨ ਚੂਜ਼ ਕਰਨੀਆਂ ਪਈਆਂ ਨੇ ਜਿਵੇਂ ਮੈਂ ਦੱਸਿਆ ਫਾਜ਼ਿਲਕਾ ਦੇ ਕੋਲ ਪਿੰਡ ਆ ਪੱਲਨਪੁਰ ਮੱਲਾ ਹੈ ਨਾ, ਬਈ ਉੱਦਾਂ ਦਾ ਪਿੰਡ ਲਿਆ ਜਾਵੇ, ਉੱਦਾਂ ਦੀ ਲੋਕੇਸ਼ਨ ਲਈ ਜਾਵੇ ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਇਹ ਫਿਲਮ ਅੱਜ ਤੋਂ 30-40 ਸਾਲ ਪਹਿਲਾਂ ਦੀ ਆ। ਇਸੇ ਕਰਕੇ ਲੋਕੇਸ਼ਨ ਦੀ ਰੇਖੀ ਕੀਤੀ ਗਈ, ਪ੍ਰੋਪਰ ਡਰੈਸ ਉੱਪਰ ਕੰਮ ਕੀਤਾ ਗਿਆ, ਉਹੋ ਜਿਹੀਆਂ ਡਰੈਸ ਨੇ ਸਭ ਦੀਆਂ। ਜੇ ਸਾਨੂੰ ਲੱਗਦਾ ਹੋਵੇ ਕਿ ਕੁਝ ਨਹੀਂ ਮੈਚ ਕਰਦਾ ਤਾਂ ਆਪਾਂ ਨੂੰ ਟ੍ਰੇਲਰ 'ਚ ਪਤਾ ਲੱਗ ਜਾਂਦਾ, ਸੋ ਟ੍ਰੇਲਰ ਦੇਖਿਆ ਆ ਸਭ ਨੇ, ਜੋ ਸਾਡੇ ਕੋਸਟਿਊਮ ਡਿਜ਼ਾਈਨਰ ਸੀ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਇਸ ਚੀਜ਼ ਨੂੰ ਸਮਝਿਆ ਅਤੇ ਸਾਡੀਆਂ ਡਰੈਸਿਸ ਤਿਆਰ ਕੀਤੀਆਂ। ਉਸ ਸਮੇਂ ਦੇ ਜਿਵੇਂ ਕਿਵੇਂ ਪੱਗਾਂ ਬੰਨਦੇ ਸੀ, ਕਿੱਦਾਂ ਪਰਨੇ, ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਮੈਨੇਜ ਕਰਕੇ ਸਭ ਨੂੰ ਉਸੇ ਤਰ੍ਹਾਂ ਦੀਆਂ ਕੋਸਟਿਊਮ ਹੀ ਪਵਾਈਆਂ ਨੇ। ਤੁਸੀਂ ਕਾਫੀ ਫਿਲਮਸ ਵਿੱਚ ਕੰਮ ਕੀਤਾ, ਬਾਲੀਵੁੱਡ ਵਿੱਚ ਕੰਮ ਕੀਤਾ, ਅਤੇ ਫਿਲਮ ਦੀ ਸਕ੍ਰਿਪਟ ਚੁਣਨ ਤੋਂ ਪਹਿਲਾਂ ਤੁਸੀਂ ਕੀ ਸਭ ਤੋਂ ਜ਼ਿਆਦਾ ਨੋਟਿਸ ਕਰਦੇ ਹੈਗੇ ਹੋ ਤਾਂ ਹੀ ਤੁਸੀਂ ਬਹੁਤ ਸਿਲੈਕਟਿਵ ਫਿਲਮਸ ਉੱਤੇ ਕੰਮ ਕਰਦੇ ਹੋ? ਸਿਲੈਕਟਿਵ ਨਹੀਂ, ਪਹਿਲੀ ਗੱਲ ਤਾਂ ਫਿਲਮਾਂ ਵਾਲੀਆਂ ਔਫਰ ਹੀ ਬਹੁਤ ਘੱਟ ਹੋਈਆਂ ਹਨ, ਮੈਂ ਵੀ ਥੋੜ੍ਹਾ ਜਿਹਾ ਪਿੱਛੇ ਹੋ ਗਿਆ ਸੀ ਕੁਛ ਪ੍ਰੋਬਲਮ ਕਰਕੇ, ਸੋ ਦੁਬਾਰਾ ਹੁਣ ਮੈਂ ਵਾਪਸ ਆਇਆ ਹਾਂ। ਹੁਣ ਕੁਛ ਅਪਕਮਿੰਗਸ ਮੂਵੀ ਆ ਰਹੀਆਂ ਨੇ ਮੇਰੀਆਂ, ਜੋਰਾ 2 ਦਾ ਸ਼ੂਟ ਖਤਮ ਕੀਤਾ ਆ, ਸਾਡੇ ਵਾਲੇ ਬਣ ਕੇ ਤਿਆਰ ਹੋਈ ਪਈ ਆ, ਉਹ ਆਉਣੀ ਆ, ਅਤੇ ਹਰੀਕੇ ਇੱਕ ਵੈਬ ਸੀਰੀਜ਼ ਆ ਜਤਿੰਦਰ ਮੌਰ ਉਹਨਾਂ ਨਾਲ ਕੀਤੀ ਆ, ਸੋ ਮੈਨੂੰ ਇੱਕ ਤਾਂ ਜਿਹੜੀਆਂ ਹੁਣ ਮੈਂ ਫਿਲਮਾਂ ਕੀਤੀਆਂ ਨੇ ਬੜੇ ਵਧੀਆ ਡਾਇਰੈਕਟਰ ਨੇ ਜਤਿੰਦਰ ਮੌਰ ਅਤੇ ਅਮਰਦੀਪ ਗਿੱਲ ਹੋਣੀ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਆ, ਸੋ ਪੰਜਾਬ ਦੇ ਉਹਨਾਂ ਨੇ ਜੋਰਾ ਕਿ ਅਮਰਦੀਪ ਗਿੱਲ ਨੇ ਜੋਰਾ ਕੀਤੀ ਸੀ ਪਹਿਲਾਂ ਹੈ ਨਾ, ਉਹ ਬਹੁਤ ਮਕਬੂਲ ਹੋਈ ਹੈ ਫਿਲਮ, ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਉਹ ਫਿਲਮਾਂ ਬੈਕ ਟੂ ਬੈਕ ਹੁਣ ਆਉਣੀਆਂ ਨੇ, ਸੋ ਦੁਬਾਰਾ ਸ਼ੁਰੂਆਤ ਕੀਤੀ ਆਪਣੇ ਕੰਮ ਦੀ। ਅਤੇ ਰਹੀ ਗੱਲ ਸਕ੍ਰਿਪਟ ਚੂਜ਼ ਕਰਨ ਦੀ ਜਾਂ ਆਪਣੇ ਕਿਰਦਾਰ ਨੂੰ, ਮੈਂ ਆਪਣਾ ਕਿਰਦਾਰ ਦੇਖਦਾ ਹੁੰਦਾ ਵੀ ਮੇਰਾ ਕਿਰਦਾਰ ਕਿੰਨੀ ਕੁ ਅਹਿਮੀਅਤ ਰੱਖਦਾ, ਉਹ ਭਾਵੇਂ 5 ਮਿੰਟ ਦਾ ਹੋਵੇ, ਉਹ ਭਾਵੇਂ 50 ਮਿੰਟ ਦਾ ਹੋਵੇ ਹੈ ਨਾ, ਬਟ ਤੁਹਾਡੇ ਕਿਰਦਾਰ ਦੀ ਇੰਪੋਰਟੈਂਸ ਹੋਣੀ ਚਾਹੀਦੀ ਆ। ਮੈਂ ਥੀਏਟਰ ਕੀਤਾ, ਮੈਂ ਐਕਟਿੰਗ ਕਰ ਸਕਦਾ, ਮੈਂ 8-9 ਸਾਲ ਥੀਏਟਰ ਕੀਤਾ, ਸੋ ਮੈਨੂੰ ਕੋਈ ਵੀ ਕਿਰਦਾਰ ਹੋਵੇ ਮੈਂ ਉਹਨੂੰ ਮਿਹਨਤ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦਾ। ਪੰਜਾਬੀ ਇੰਡਸਟਰੀ ਆਪਣੀ ਅਗਰ ਦੇਖਿਆ ਜਾਏ ਤਾਂ ਵੱਡੀ ਵੀ ਬਹੁਤ ਹੈ ਅਤੇ ਛੋਟੀ ਵੀ ਬਹੁਤ ਹੈਗੀ ਹੈ, ਬਟ ਹੁਣ ਅੱਜ ਕੱਲ੍ਹ ਅਸੀਂ ਦੇਖ ਸਕਦੇ ਹਾਂ ਕਿ ਹਰ ਹਫ਼ਤੇ 2 ਪੰਜਾਬੀ ਫਿਲਮਾਂ ਇਕੱਠੀਆਂ ਰਿਲੀਜ਼ ਹੋ ਰਹੀਆਂ, ਜਿਹਦਾ ਡਰੋਬੈਕ ਸਾਨੂੰ ਤਾਂ ਨਹੀਂ ਹੈ ਬਟ ਪ੍ਰੋਡਿਊਸਰਸ ਨੂੰ ਓਬਵੀਅਸਲੀ ਹੁੰਦਾ ਹੈਗਾ ਜਿਨ੍ਹਾਂ ਨੇ ਫਿਲਮ ਇੰਨੀ ਬਣਾਈ ਹੈਗੀ ਹੈ, ਐਕਟਰਸ ਨੂੰ, ਡਾਇਰੈਕਟਰਸ ਨੂੰ, ਸਭ ਨੂੰ ਹੁੰਦਾ ਹੈਗਾ। ਅਤੇ ਇਸ ਚੀਜ਼ ਦੇ ਉੱਤੇ ਕੋਈ ਐਸੋਸੀਏਸ਼ਨ ਵਰਕਆਊਟ ਕਿਉਂ ਨਹੀਂ ਕਰਦੀ ਹੈਗੀ ਹੈ ਕਿਉਂਕਿ ਲੌਸ ਪੂਰੀ ਇੰਡਸਟਰੀ ਦਾ ਹੋ ਰਿਹਾ? ਹੁਣ ਇਹਦੇ ਵਿੱਚ ਐਸੋਸੀਏਸ਼ਨ ਕੀ ਕੰਮ ਕਰੇਗੀ ਨਾ, ਐਕਚੁਲੀ ਫਿਲਮਾਂ ਬਣ ਹੀ ਨਹੀਂ ਰਹੀਆਂ ਨੇ, ਆਪਣੇ ਕੋਲ 48-50 ਵੀਕ ਹੁੰਦੇ ਨੇ ਇੱਕ ਸਾਲ ਦੇ ਵਿੱਚ ਹੈ ਨਾ, ਅਤੇ ਫਿਲਮਾਂ ਬਣ ਰਹੀਆਂ ਨੇ 100, ਅਤੇ ਉਹਨਾਂ ਨੇ ਸਭ ਪ੍ਰੋਡਿਊਸਰ ਨੇ ਰਿਲੀਜ਼ ਵੀ ਕਰਨੀਆਂ ਨੇ, ਸੋ ਲੌਸ ਤਾਂ ਹੁੰਦਾ ਆ ਜਦੋਂ 1-2 ਫਿਲਮਾਂ ਇਕੱਠੀਆਂ ਪੰਜਾਬੀ ਫਿਲਮਾਂ ਆਪਣੇ ਸਿਨੇਮੇਘਰਾਂ 'ਚ ਲੱਗਦੀਆਂ ਨੇ, ਕਿਉਂਕਿ ਕਿਸੇ ਦੀ ਪੋਕਟ ਅਲਾਓ ਕਰਦੀ ਆ 2 ਫਿਲਮਾਂ ਦੇਖਣਾ, ਕਿਸੇ ਦੀ ਪੋਕਟ ਅਲਾਓ ਨਹੀਂ ਕਰਦੀ ਹੈ ਨਾ, ਸੋ ਲੌਸ ਤਾਂ ਹੁੰਦਾ ਆ, ਬਟ ਜਾਂ ਤਾਂ ਫਿਲਮਾਂ ਘੱਟ ਬਣਨ ਹੈ ਨਾ, ਇਹ ਹੱਲ ਹੋ ਸਕਦਾ, ਬਟ ਜੇ ਆਪਾਂ ਕਹੀਏ ਫਿਲਮਾਂ ਘੱਟ ਬਣਨ ਫਿਰ
ਸਟੋਰੀਜ਼ ਇੰਨੀਆਂ ਨੇ, ਸਾਰੇ ਪ੍ਰੋਡਿਊਸਰ ਨੇ, ਪ੍ਰੋਡਕਸ਼ਨ ਹਾਊਸ ਇੰਨੇ ਨੇ, ਸਭ ਬੰਦੇ ਫਿਲਮਾਂ ਬਣਾ ਰਹੇ ਨੇ, ਹੈ ਨਾ, ਅਤੇ ਆਪਣੇ ਡੇਟ ਵੀ ਪਹਿਲਾਂ ਹੀ ਅਨਾਊਂਸ ਹੋ ਜਾਂਦੀ ਆ। ਸੋ ਇਸ ਚੀਜ਼ ਦਾ ਹੱਲ ਆਪਸ ਵਿੱਚ ਬੈਠ ਕੇ ਮਿਲ ਕੇ ਕੱਢਿਆ ਜਾ ਸਕਦਾ ਕਿ ਕਿੱਦਾਂ ਕੀਤਾ ਜਾਵੇ। ਹਿੰਦੀ ਫਿਲਮਾਂ ਵੀ ਦੋ ਦੋ ਤਿੰਨ ਤਿੰਨ ਰਿਲੀਜ਼ ਹੁੰਦੀਆਂ ਨੇ, ਇਕੱਲੇ ਪੰਜਾਬੀ ਨਹੀਂ, ਹਿੰਦੀ ਫਿਲਮਾਂ ਵੀ ਦੋ ਦੋ ਤਿੰਨ ਤਿੰਨ ਰਿਲੀਜ਼ ਹੁੰਦੀਆਂ ਨੇ, ਹਾਲੀਵੁੱਡ ਦੀਆਂ ਫਿਲਮਾਂ ਵੀ ਦੋ ਦੋ ਤਿੰਨ ਤਿੰਨ ਰਿਲੀਜ਼ ਹੁੰਦੀਆਂ ਨੇ। ਅਤੇ ਹੁਣ ਇਹ ਆਡੀਅੰਸ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਕਿ ਆਡੀਅੰਸ ਕਿਹੜੀ ਫਿਲਮ ਦੇਖਣਾ ਪ੍ਰੈਫਰ ਕਰਦੀ ਆ। ਜਿਹੜੇ ਫਿਲਮਾਂ ਦੋ ਦੇਖ ਸਕਦੇ ਨੇ, ਜਿਨ੍ਹਾਂ ਦੀ ਪਾਕਟ ਅਲਾਓ ਕਰਦੀ ਉਹ ਦੇਖਦੇ ਨੇ, ਹੁਣ ਜਿਨ੍ਹਾਂ ਦੀ ਨਹੀਂ ਕਰਦੀ ਉਹ ਪ੍ਰੈਫਰ ਕਰਦੇ ਕਿਹੜੀ ਫਿਲਮ ਦੇਖਣੀ ਆ। ਸੋ ਤੁਹਾਨੂੰ ਬੈਸਟ ਸਿਨੇਮਾ ਬਣਾਉਣਾ ਪਊਗਾ, ਤੁਹਾਨੂੰ ਵਧੀਆ ਫਿਲਮਾਂ ਬਣਾਉਣੀਆਂ ਪੈਣਗੀਆਂ, ਤੁਹਾਨੂੰ ਵਧੀਆ ਸਕ੍ਰਿਪਟਾਂ ਚੂਜ਼ ਕਰਨੀਆਂ ਪੈਣਗੀਆਂ ਤਾਂ ਜੋ ਆਡੀਅੰਸ ਤੁਹਾਡੀਆਂ ਫਿਲਮਾਂ ਵੱਲ ਅਟਰੈਕਟ ਹੋਵੇ ਅਤੇ ਦੇਖਣ ਜਾਵੇ। ਤੁਹਾਡੀ ਬਹੁਤ ਸੋਹਣੀ ਗੱਲ ਸੀਗੀ, ਤਾਂ ਹੀ ਮੈਂ ਇੱਕ ਗੱਲ ਹੋਰ ਕਰਨਾ ਚਾਹਾਂਗੀ। ਹੁੰਦਾ ਕੀ ਹੈ ਕਿ ਜਿਵੇਂ ਦੋ ਫਿਲਮਾਂ ਲੱਗੀਆਂ, ਇੱਕ ਫਿਲਮ ਦਾ ਕੰਟੈਂਟ ਬਾਕਮਾਲ ਹੁੰਦਾ, ਬਟ ਕਹਿ ਸਕਦੇ ਹਾਂ ਵਿੱਚ ਕੁਛ ਫਰੈਸ਼ ਫੇਸਿਸ ਹੁੰਦੇ ਨੇ, ਕੁਛ ਇੰਨੇ ਉਹਨੂੰ PR ਨਹੀਂ ਕਰਦੇ ਨੇ, ਕੁਛ ਪ੍ਰਮੋਸ਼ਨ ਦੇ ਵਿੱਚ ਨਹੀਂ ਇੰਨਾ ਪ੍ਰਮੋਟ ਕਰ ਪਾਉਂਦੇ ਨੇ, ਅਤੇ ਕੁਛ ਫਿਲਮਾਂ ਦੇ ਵਿੱਚ ਆਰਟਿਸਟ ਨਾਮਵਰ ਹੁੰਦੇ ਨੇ ਬਟ ਕੰਟੈਂਟ ਨਹੀਂ ਹੁੰਦਾ। ਪਰ ਕਈ ਪੱਖੋਂ ਇਹ ਵੀ ਹੋ ਜਾਂਦਾ ਨਾ ਕਿ ਜਿਵੇਂ ਹੁਣ ਵੱਡਾ ਆਰਟਿਸਟ ਦੇਖ ਕੇ ਲੋਕ ਅਟਰੈਕਟ ਹੁੰਦੇ ਨੇ ਕਿ ਹਾਂ ਅਦੀ ਫਿਲਮ ਹੈਗੀ, ਅਸੀਂ ਦੇਖਣ ਜਾਈਏ, ਉੱਥੇ ਚੰਗਾ ਕੰਟੈਂਟ ਸਾਡਾ ਜਿਹੜਾ ਉਹ ਰੁਲ ਜਾਂਦਾ। ਹਾਂ, ਰੁਲ ਜਾਂਦਾ ਕਹਿ ਸਕਦੇ ਹਾਂ, ਨਹੀਂ ਰੁਲ ਨਹੀਂ ਜਾਂਦਾ, ਮੈਂ ਇਹ ਕਹਿ ਸਕਦਾ ਚੰਗਾ ਕੰਟੈਂਟ ਆਉਂਦਾ ਆ ਬਾਹਰ। ਵੱਡਾ ਸਟਾਰ ਹੋਵੇ, ਵੱਡੇ ਸਟਾਰ ਦੀ ਫਿਲਮ ਹੋਵੇ, ਉਹ ਫਿਲਮਾਂ ਵੀ ਫਲੋਪ ਹੁੰਦੀਆਂ ਨੇ। ਬਟ ਹੁਣ ਆਡੀਅੰਸ ਇੰਨੀ ਸਿਆਣੀ ਹੋ ਚੁੱਕੀ ਹੈ ਕਿਉਂਕਿ ਹਰ ਇੱਕ ਦੇ ਮੋਬਾਈਲ 'ਚ ਨੈੱਟਫਲਿਕਸ ਆ, ਪ੍ਰਾਈਮ, ਐਮਾਜ਼ੋਨ ਆ, ਹੈ ਨਾ, ਹਰ ਬੰਦਾ ਵਰਲਡ ਸਿਨੇਮਾ ਦੇਖਦਾ ਆ, ਉਹਨੂੰ ਪਤਾ ਹੈ ਕਿ ਚੰਗਾ ਕੀ ਆ, ਮਾੜਾ ਕੀ ਆ, ਵਧੀਆ ਕੰਟੈਂਟ ਕੀ ਆ, ਮਾੜਾ ਕੰਟੈਂਟ ਕੀ ਆ। ਚਾਹੇ ਉਹ ਵੱਡੇ ਸਟਾਰ ਦੀ ਫਿਲਮ ਹੋਵੇ, ਜੇਕਰ ਉਹਨਾਂ ਦਾ ਕੰਟੈਂਟ ਵਧੀਆ ਨਹੀਂ ਹੈਗਾ, ਆਡੀਅੰਸ ਸੋਸ਼ਲ ਮੀਡੀਆ ਉੱਤੇ ਫਸਟ ਡੇ ਹੀ ਰਿਵਿਊ ਦੇ ਦਿੰਦੀ ਆ, ਇਕੱਲਾ ਇਕੱਲਾ ਬੰਦਾ ਇਹ ਦੱਸ ਦਿੰਦਾ ਕਿ ਫਿਲਮ ਵਧੀਆ ਜਾਂ ਨਹੀਂ ਵਧੀਆ। ਠੀਕ ਹੈ, ਜੇ ਕੰਟੈਂਟ ਵਧੀਆ ਆ ਤਾਂ ਆਡੀਅੰਸ ਹੀ ਤੁਹਾਨੂੰ ਮਾਊਥ ਪਬਲਿਸਿਟੀ ਦੇ ਦਿੰਦੀ ਆ ਕਿ ਇਹ ਫਿਲਮ ਦੇਖਣ ਵਾਲੀ ਆ, ਦੇਖ ਕੇ ਆਓ। ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਬਹੁਤ ਸਾਰੀ ਆਡੀਅੰਸ ਆ ਕਿ ਉਹ ਸੋਸ਼ਲ ਮੀਡੀਆ ਤੋਂ ਦੇਖ ਕੇ, ਰਿਵਿਊ ਦੇਖ ਕੇ, ਫਿਲਮ ਬਾਰੇ ਸੁਣ ਕੇ ਫਿਰ ਦੇਖਣ ਵੀ ਜਾਂਦੀ ਆ। ਅਰਦਾਸ ਕਰਾਂ ਪਾਪੂਲਰ ਹੋਈ ਆ, ਅਰਦਾਸ ਕਰਾਂ ਹਰ ਬੰਦੇ ਨੇ ਐਪਰੀਸ਼ੀਏਟ ਕੀਤਾ, ਚੱਲ ਮੇਰਾ ਪੁੱਤ ਨੂੰ ਐਪਰੀਸ਼ੀਏਟ ਕੀਤਾ, ਉਸ ਤੋਂ ਬਾਅਦ ਇੱਕ ਦੋ ਫਿਲਮਾਂ ਫਲੋਪ ਹੋਈਆਂ ਨੇ, ਉਹਨਾਂ ਨੂੰ ਆਡੀਅੰਸ ਨਹੀਂ ਪਸੰਦ ਕੀਤਾ, ਐਪਰੀਸ਼ੀਏਟ ਨਹੀਂ ਕੀਤਾ। ਸੋ ਚੰਗਾ ਕੰਟੈਂਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦਾ ਆ, ਜੇ ਪਹਿਲੇ ਦਿਨ ਪਹਿਲੇ ਸ਼ੋਅ 'ਚ ਹੀ ਜਦੋਂ ਆਡੀਅੰਸ ਦੇਖ ਕੇ ਆਉਂਦੀ ਹੈ ਫਿਲਮ, ਪਹਿਲੇ ਦਿਨ ਹੀ ਪਾ ਦਿੰਦੀ ਆ ਰਿਵਿਊ ਕਿ ਫਿਲਮ ਦੇਖਣ ਵਾਲੀ ਹੈ ਜਾਂ ਨਹੀਂ ਹੈ। ਸੋ ਇਸ ਲਈ ਮੈਂ ਪਹਿਲਾਂ ਕਿਹਾ ਸੀ ਕਿ ਚੰਗਾ ਕੰਟੈਂਟ ਬਣਾਓ, ਚੰਗੀਆਂ ਫਿਲਮਾਂ ਹੀ ਚੱਲਣਗੀਆਂ, ਮਾੜੀ ਫਿਲਮ ਨਹੀਂ ਚੱਲਣੀ, ਚਾਹੇ ਤੁਸੀਂ ਜਿੰਨਾ ਮਰਜ਼ੀ ਪੈਸਾ ਲਾਓ, ਚਾਹੇ ਵੱਡਾ ਜਿੰਨਾ ਮਰਜ਼ੀ ਵੱਡਾ ਸਟਾਰ ਲੈ ਲਓ। ਅਸੀਂ ਉਮੀਦ ਕਰਦੇ ਹਾਂ ਕਿ ਸਾਕ ਜਿੰਨਾ ਵਧੀਆ ਕੰਟੈਂਟ ਤੁਸੀਂ ਲੈ ਕੇ ਆ ਰਹੇ ਹੋ, ਕਿਉਂਕਿ ਤੁਸੀਂ ਹਮੇਸ਼ਾ ਕੰਟੈਂਟ ਦੇ ਮਾਮਲੇ ਦੇ ਵਿੱਚ ਸਹੀ ਡਿਸੀਜਨ ਲੈਂਦੇ ਹੋਗੇ ਕਿ ਵਧੀਆ ਕੰਟੈਂਟ 'ਤੇ ਕੰਮ ਕਰਨਾ। ਅਸੀਂ ਉਮੀਦ ਕਰਦੇ ਹਾਂ ਤੁਹਾਡਾ ਕਿਰਦਾਰ ਅਤੇ ਤੁਹਾਡੀ ਫਿਲਮ ਸਾਰਿਆਂ ਨੂੰ ਜ਼ਰੂਰ ਪਸੰਦ ਆਊਗੀ 6 ਸਪਤੰਬਰ ਨੂੰ ਸਭ। ਥੈਂਕ ਯੂ ਤੁਸੀਂ, ਤੁਹਾਡੇ ਨਾਲ ਬੜਾ ਵਧੀਆ ਲੱਗਿਆ ਗੱਲਾਂ ਕਰਕੇ। ਸੋ 6 ਸਤੰਬਰ ਨੂੰ ਰਿਲੀਜ਼ ਹੋਣੀ ਆ ਸਾਕ, ਤੁਸੀਂ ਦੇਖਣ ਜਾਓ, ਆਪਣੇ ਰਿਵਿਊ ਦਿਓ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਦੇਸੀ ਚੈਨਲ ਦੇਖਣ ਵਾਲਿਆਂ ਦਾ ਵੀ ਅਤੇ ਸੁਣਨ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਸੋਨਪ੍ਰੀਤ ਜੀ ਦੀ ਸੋਹਣੀ ਜਿਹੀ ਐਕਟਿੰਗ ਦੇਖਣਾ ਨਾ ਭੁੱਲਣਾ ਸਾਕ ਦੇ ਵਿੱਚ 6 ਸਪਤੰਬਰ ਨੂੰ। ਅੱਜ ਲਈ ਇੰਨਾ ਹੀ, ਜਲਦੀ ਹਾਜ਼ਰ ਹੋਵਾਂਗੇ ਨਵੀਂ ਅਪਡੇਟਸ ਨਾਲ। ਗਾਇਨ ਮਹਾਰਾਜ ਹੋਵੇ ਤਾਂ ਤੁਸੀਂ ਬਣ ਰਹੇ ਦੇਸੀ ਚੈਨਲ ਦਾ।